ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਤੁਰੇ ਹੈ ਤੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਚਾਰਾਂ ਕਰਦੇ ਹੋਣਗੇ, ਚੰਗੀ ਗੱਲ ਹੀ ਹੈ। ਤੁਸੀਂ ਦਫ਼ਤਰ ਦਾ ਵੀ ਸਮਾਂ ਮੰਗਿਆ ਸੀਗਾ ਕਿ ਦਫ਼ਤਰ ਜਾਣ ਦਾ ਕੋਈ ਸਮਾਂ ਮੰਗਿਆ ਸੀ ਉੱਥੇ? ਨਹੀਂ, ਅਸੀਂ ਕੋਈ ਇਦਾਂ ਦਾ ਪਲਾਨ ਹੈਗਾ ਕਿ ਦਫ਼ਤਰ ਜਾ ਕੇ ਕੋਈ ਪ੍ਰੈਸ ਕਾਨਫਰੰਸ? ਨਾ ਨਾ, ਪ੍ਰੈਸ ਕਾਨਫਰੰਸ ਤੁਹਾਨੂੰ ਇੱਥੇ ਕਰ ਲਾਂਗੇ 4 ਵਜੇ ਤੱਕ। ਅਕਾਲੀ ਦਲ ਦਾ ਹੀ ਹੈ, ਤੁਸੀਂ ਉੱਥੇ ਵੀ ਨਹੀਂ ਜਾਂਦੇ? ਫਿਰ ਉੱਥੇ ਵੀ ਜਾਓ। ਚਲੋ ਫਿਰ ਅਸੀਂ ਅਕਾਲੀ ਹੋ? ਨਹੀਂ ਨਹੀਂ, ਅਸੀਂ ਆਏ ਅਕਾਲੀ ਹੈ, ਅਸੀਂ ਪਿਓਰ ਅਕਾਲੀ ਹੈ। ਤੁਸੀਂ ਇਹੀ ਤਾਂ ਕਹਿ ਰਹੇ ਹੋ ਅਸੀਂ ਸੁਧਾਰ ਲਹਿਰ ਕਰ ਰਹੇ ਹਾਂ ਜੀ। ਸੁਧਾਰ ਲਹਿਰ ਚ ਕੀ ਕੁਝ ਕਦਮ ਚੁੱਕੇ ਜਾ ਸਕਦੇ? ਮੇਨ ਬੇਸਿਕ ਮੁੱਦਾ ਤੇ ਏਮ ਇੱਕੋ ਆ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਨੂੰ, ਸ਼ਾਇਦ ਜਿੰਨੀ ਅੱਜ ਜ਼ਰੂਰਤ ਆ ਇੰਨੀ ਕਦੇ ਵੀ ਨਾ ਰਹੀ ਹੋਵੇ। ਸੋ ਇਸ ਲਈ ਉਹਨੂੰ ਕਿਵੇਂ ਮੁੜ ਲੀਹਾਂ ਤੇ ਲਿਆਂਦਾ ਜਾਵੇ, ਮੁੜ ਤਕੜਾ ਕੀਤਾ ਜਾਵੇ, ਉਹ ਇੱਕ ਲਹਿਰ ਆ ਵੀ ਅੱਜ ਜਿਸ ਨਿਘਾਰ ਤੇ ਅਕਾਲੀ ਦਲ ਆ ਗਿਆ ਉਹਨੂੰ ਬਚਾਇਆ ਜਾਵੇ, ਮੁੜ ਸੁਰਜੀਤ ਕੀਤਾ ਜਾਵੇ, ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰ ਕੇ ਮੁੜ ਪੁਰਾਣੀਆਂ ਲੀਹਾਂ ਤੇ ਲਿਆ ਕੇ ਪੰਜਾਬ ਦੀ ਨੁਮਾਇੰਦਗੀ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਅਕਾਲੀ ਦਲ ਕਰ ਸਕੇ। ਪੈਰਲਲ ਮੀਟਿੰਗ ਅਕਾਲੀ ਦਫ਼ਤਰ ਵੀ ਚੱਲਦੀ ਹੈ, ਇਹ ਤਾਂ ਜੀ ਉਹੀ ਦੱਸ ਸਕਦੇ ਹਾਂ ਵੀ ਉਹਨਾਂ ਦੀ ਮੀਟਿੰਗ ਦਾ ਏਮ ਕੀ ਆ ਤੇ ਜਿਨ੍ਹਾਂ ਨੇ ਮੀਟਿੰਗ ਬੁਲਾਈ ਹੈ, ਪਰ ਸਾਡੀ ਮੀਟਿੰਗ ਦਾ ਏਮ ਇਹ ਆ ਵੀ ਅਕਾਲੀ ਦਲ ਇਕੱਠਾ ਹੋਵੇ, ਪੰਥ ਵਿੱਚ ਏਕਾ ਹੋਵੇ ਤੇ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਨੁਮਾਇੰਦਗੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੇ ਇਸ ਢੰਗ ਦੇ ਨਾਲ ਕਰ ਸਕੇ ਕਿ ਕੇਂਦਰ ਦੀਆਂ ਹਕੂਮਤਾਂ ਦੇ ਸਾਹਮਣੇ ਸਾਡੇ ਉਹ ਮੁੱਦੇ ਅਸਰ ਕਰਨ। ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਤੁਰੇ ਹੈ ਤੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਚਾਰਾਂ ਕਰਦੇ ਹੋਣਗੇ, ਚੰਗੀ ਗੱਲ ਹੀ ਹੈ। ਤੁਸੀਂ ਦਫ਼ਤਰ ਦਾ ਵੀ ਸਮਾਂ ਮੰਗਿਆ ਸੀਗਾ ਕਿ ਦਫ਼ਤਰ ਜਾਣ ਦਾ ਕੋਈ ਸਮਾਂ ਮੰਗਿਆ ਸੀ ਉੱਥੇ? ਨਹੀਂ, ਅਸੀਂ ਕੋਈ ਇਦਾਂ ਦਾ ਪਲਾਨ ਹੈਗਾ ਕਿ ਦਫ਼ਤਰ ਜਾ ਕੇ ਕੋਈ ਪ੍ਰੈਸ ਕਾਨਫਰੰਸ? ਨਾ ਨਾ, ਪ੍ਰੈਸ ਕਾਨਫਰੰਸ ਤੁਹਾਨੂੰ ਇੱਥੇ ਕਰ ਲਾਂਗੇ 4 ਵਜੇ ਤੱਕ। ਅਕਾਲੀ ਦਲ ਦਾ ਹੀ ਹੈ, ਤੁਸੀਂ ਉੱਥੇ ਵੀ ਨਹੀਂ ਜਾਂਦੇ? ਫਿਰ ਉੱਥੇ ਵੀ ਜਾਓ। ਚਲੋ ਫਿਰ ਅਸੀਂ ਅਕਾਲੀ ਹੋ? ਨਹੀਂ ਨਹੀਂ, ਅਸੀਂ ਆਏ ਅਕਾਲੀ ਹੈ, ਅਸੀਂ ਪਿਓਰ ਅਕਾਲੀ ਹੈ। ਤੁਸੀਂ ਇਹੀ ਤਾਂ ਕਹਿ ਰਹੇ ਹੋ ਕਿ ਅਸੀਂ ਸੁਧਾਰ ਲਹਿਰ ਕਰ ਰਹੇ ਹਾਂ ਜੀ। ਸੁਧਾਰ ਲਹਿਰ ਚ ਕੀ ਕੁਝ ਕਦਮ ਚੁੱਕੇ ਜਾ ਸਕਦੇ? ਮੇਨ ਬੇਸਿਕ ਮੁੱਦਾ ਤੇ ਏਮ ਇੱਕੋ ਆ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਨੂੰ, ਸ਼ਾਇਦ ਜਿੰਨੀ ਅੱਜ ਜ਼ਰੂਰਤ ਆ ਇੰਨੀ ਕਦੇ ਵੀ ਨਾ ਰਹੀ ਹੋਵੇ। ਸੋ ਇਸ ਲਈ ਉਹਨੂੰ ਕਿਵੇਂ ਮੁੜ ਲੀਹਾਂ ਤੇ ਲਿਆਂਦਾ ਜਾਵੇ, ਮੁੜ ਤਕੜਾ ਕੀਤਾ ਜਾਵੇ, ਉਹ ਇੱਕ ਲਹਿਰ ਆ ਵੀ ਅੱਜ ਜਿਸ ਨਿਘਾਰ ਤੇ ਅਕਾਲੀ ਦਲ ਆ ਗਿਆ ਉਹਨੂੰ ਬਚਾਇਆ ਜਾਵੇ, ਮੁੜ ਸੁਰਜੀਤ ਕੀਤਾ ਜਾਵੇ, ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰ ਕੇ ਮੁੜ ਪੁਰਾਣੀਆਂ ਲੀਹਾਂ ਤੇ ਲਿਆ ਕੇ ਪੰਜਾਬ ਦੀ ਨੁਮਾਇੰਦਗੀ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਅਕਾਲੀ ਦਲ ਕਰ ਸਕੇ। ਪੈਰਲਲ ਮੀਟਿੰਗ ਅਕਾਲੀ ਦਫ਼ਤਰ ਵੀ ਚੱਲਦੀ ਹੈ, ਇਹ ਤਾਂ ਜੀ ਉਹੀ ਦੱਸ ਸਕਦੇ ਹਾਂ ਵੀ ਉਹਨਾਂ ਦੀ ਮੀਟਿੰਗ ਦਾ ਏਮ ਕੀ ਆ ਤੇ ਜਿਨ੍ਹਾਂ ਨੇ ਮੀਟਿੰਗ ਬੁਲਾਈ ਹੈ, ਪਰ ਸਾਡੀ ਮੀਟਿੰਗ ਦਾ ਏਮ ਇਹ ਆ ਵੀ ਅਕਾਲੀ ਦਲ ਇਕੱਠਾ ਹੋਵੇ, ਪੰਥ ਵਿੱਚ ਏਕਾ ਹੋਵੇ ਤੇ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਨੁਮਾਇੰਦਗੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੇ ਇਸ ਢੰਗ ਦੇ ਨਾਲ ਕਰ ਸਕੇ ਕਿ ਕੇਂਦਰ ਦੀਆਂ ਹਕੂਮਤਾਂ ਦੇ ਸਾਹਮਣੇ ਸਾਡੇ ਉਹ ਮੁੱਦੇ ਅਸਰ ਕਰਨ। ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਤੁਰੇ ਹੈ ਤੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਚਾਰਾਂ ਕਰਦੇ ਹੋਣਗੇ, ਚੰਗੀ ਗੱਲ ਹੀ ਹੈ। ਤੁਸੀਂ ਦਫ਼ਤਰ ਦਾ ਵੀ ਸਮਾਂ ਮੰਗਿਆ ਸੀਗਾ ਕਿ ਦਫ਼ਤਰ ਜਾਣ ਦਾ ਕੋਈ ਸਮਾਂ ਮੰਗਿਆ ਸੀ ਉੱਥੇ? ਨਹੀਂ, ਅਸੀਂ ਕੋਈ ਇਦਾਂ ਦਾ ਪਲਾਨ ਹੈਗਾ ਕਿ ਦਫ਼ਤਰ ਜਾ ਕੇ ਕੋਈ ਪ੍ਰੈਸ ਕਾਨਫਰੰਸ? ਨਾ ਨਾ, ਪ੍ਰੈਸ ਕਾਨਫਰੰਸ ਤੁਹਾਨੂੰ ਇੱਥੇ ਕਰ ਲਾਂਗੇ 4 ਵਜੇ ਤੱਕ। ਅਕਾਲੀ ਦਲ ਦਾ ਹੀ ਹੈ, ਤੁਸੀਂ ਉੱਥੇ ਵੀ ਨਹੀਂ ਜਾਂਦੇ? ਫਿਰ ਉੱਥੇ ਵੀ ਜਾਓ। ਚਲੋ ਫਿਰ ਅਸੀਂ ਅਕਾਲੀ ਹੋ? ਨਹੀਂ ਨਹੀਂ, ਅਸੀਂ ਆਏ ਅਕਾਲੀ ਹੈ, ਅਸੀਂ ਪਿਓਰ ਅਕਾਲੀ ਹੈ। ਤੁਸੀਂ ਇਹੀ ਤਾਂ ਕਹਿ ਰਹੇ ਹੋ ਕਿ ਅਸੀਂ ਸੁਧਾਰ ਲਹਿਰ ਕਰ ਰਹੇ ਹਾਂ ਜੀ। ਸੁਧਾਰ ਲਹਿਰ ਚ ਕੀ ਕੁਝ ਕਦਮ ਚੁੱਕੇ ਜਾ ਸਕਦੇ? ਮੇਨ ਬੇਸਿਕ ਮੁੱਦਾ ਤੇ ਏਮ ਇੱਕੋ ਆ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਬਹੁਤ ਵੱਡੀ ਜ਼ਰੂਰਤ ਆ ਪੰਜਾਬ ਨੂੰ, ਸ਼ਾਇਦ ਜਿੰਨੀ ਅੱਜ ਜ਼ਰੂਰਤ ਆ ਇੰਨੀ ਕਦੇ ਵੀ ਨਾ ਰਹੀ ਹੋਵੇ। ਸੋ ਇਸ ਲਈ ਉਹਨੂੰ ਕਿਵੇਂ ਮੁੜ ਲੀਹਾਂ ਤੇ ਲਿਆਂਦਾ ਜਾਵੇ, ਮੁੜ ਤਕੜਾ ਕੀਤਾ ਜਾਵੇ, ਉਹ ਇੱਕ ਲਹਿਰ ਆ ਵੀ ਅੱਜ ਜਿਸ ਨਿਘਾਰ ਤੇ ਅਕਾਲੀ ਦਲ ਆ ਗਿਆ ਉਹਨੂੰ ਬਚਾਇਆ ਜਾਵੇ, ਮੁੜ ਸੁਰਜੀਤ ਕੀਤਾ ਜਾਵੇ, ਜਿਹੜੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰ ਕੇ ਮੁੜ ਪੁਰਾਣੀਆਂ ਲੀਹਾਂ ਤੇ ਲਿਆ ਕੇ ਪੰਜਾਬ ਦੀ ਨੁਮਾਇੰਦਗੀ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਅਕਾਲੀ ਦਲ ਕਰ ਸਕੇ। ਪੈਰਲਲ ਮੀਟਿੰਗ ਅਕਾਲੀ ਦਫ਼ਤਰ ਵੀ ਚੱਲਦੀ ਹੈ, ਇਹ ਤਾਂ ਜੀ ਉਹੀ ਦੱਸ ਸਕਦੇ ਹਾਂ ਵੀ ਉਹਨਾਂ ਦੀ ਮੀਟਿੰਗ ਦਾ ਏਮ ਕੀ ਆ ਤੇ ਜਿਨ੍ਹਾਂ ਨੇ ਮੀਟਿੰਗ ਬੁਲਾਈ ਹੈ, ਪਰ ਸਾਡੀ ਮੀਟਿੰਗ ਦਾ ਏਮ ਇਹ ਆ ਵੀ ਅਕਾਲੀ ਦਲ ਇਕੱਠਾ ਹੋਵੇ, ਪੰਥ ਵਿੱਚ ਏਕਾ ਹੋਵੇ ਤੇ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਨੁਮਾਇੰਦਗੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੇ ਇਸ ਢੰਗ ਦੇ ਨਾਲ ਕਰ ਸਕੇ ਕਿ ਕੇਂਦਰ ਦੀਆਂ ਹਕੂਮਤਾਂ ਦੇ ਸਾਹਮਣੇ ਸਾਡੇ ਉਹ ਮੁੱਦੇ ਅਸਰ ਕਰਨ।